ਜੈ ਸਾਈਂ ਜੀ ਦੀ। ਰੱਬ ਇੱਕ ਜੈ ਸਾਈਂ ਜੀ 786 SA ਓਫੀਸ਼ੀਅਲ ਚੈਨਲ ਦੇ ਨਾਲ ਜੁੜੀ ਹੋਈ ਹਰ ਇੱਕ ਨੇਕ ਰੂਹ ਨੂੰ ਸਲਾਮ ਹੈ, ਨਿੱਘਾ ਸਵਾਗਤ ਹੈ। ਚੈਨਲ 'ਤੇ ਪਹਿਲੀ ਵਾਰੀ ਆਇਓ ਤਾਂ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਜੋ ਅਪਡੇਟ ਹੈ ਉਹ ਮਿਲਦੀ ਰਹੇ। ਬਾਬਾ ਜੀ ਕਹਿੰਦੇ ਆ ਕਿ ਜਦੋਂ ਵੀ ਇਨਸਾਨ ਇਸ ਰਾਹ ਨੂੰ ਚੱਲਦਾ ਹੈ ਤਾਂ ਉਹਦੀ ਪ੍ਰੀਖਿਆ ਲੈਂਦਾ ਹੈ ਉਹ ਮਾਲਕ। ਹੁਣ ਆਪਾਂ ਜੇ ਮੰਨ ਲਓ ਕਿਸੇ ਸਕੂਲ ਦੇ ਵਿੱਚ ਦਾਖਲਾ ਲੈਂਦੇ ਹਾਂ, ਕਿਸੇ ਦੀ ਕਲਾਸ ਦੇ ਵਿੱਚ ਬਹਿੰਦੇ ਹਾਂ, ਤਾਂ ਉਹਨੇ ਬਾਬਾ ਜੀ ਐਗਜ਼ਾਮ ਤਾਂ ਲੈਣਾ ਹੀ ਹੈ। ਉਹਨੇ ਦੇਖਣਾ ਹੈ ਕਿ ਆਖਿਰ ਜਿਹੜੇ ਭਾਂਡੇ ਵਿੱਚ ਮੈਂ ਆਪਣੀਆਂ ਰਹਿਮਤਾਂ ਰੱਖਣਾ ਚਾਹੁੰਦਾ ਉਹ ਭਾਂਡਾ ਕਿਹੋ ਜਿਹਾ ਹੈ। ਜ਼ਰਾ ਗੌਰ ਕਰੋ ਕਿ ਜੇ ਮੰਨ ਲਓ ਕਿਸੇ ਨੂੰ ਕੋਈ ਕਿਸੇ ਚੀਜ਼ ਨਾਲ ਨਵਾਜ਼ਿਆ ਹੈ, ਉਸ ਰੱਬ ਨੇ ਕਿਸੇ ਰਹਿਮਤ ਨਾਲ ਨਵਾਜ਼ਿਆ ਹੈ, ਕਿਸੇ ਨੂੰ ਕਿਸੇ ਰਹਿਮਤ ਨਾਲ ਨਵਾਜ਼ਿਆ ਹੈ, ਤਾਂ ਗਿਆਨ ਉਸੇ ਨੂੰ ਦਿੱਤਾ ਜਾਂਦਾ ਹੈ ਨਾ ਜਿਹੜਾ ਉਸ ਗਿਆਨ ਦਾ ਸਹੀ ਵਰਤੋਂ ਕਰੇ। ਤਾਂ ਉਹ ਪਰਖ ਕੇ ਪਰਖਦੇ ਆ ਕਿ ਇਹ ਇਸ ਚੀਜ਼ ਦੀ ਕਿਤੇ ਦੁਰਵਰਤੋਂ ਤਾਂ ਨਹੀਂ ਕਰਦਾ। ਜ਼ਰਾ ਗੌਰ ਕਰੋ ਤਾਂ ਇਸ ਲਈ ਪ੍ਰੀਖਿਆਵਾਂ ਲੈਂਦੇ ਹੈ ਜੋ ਦੱਸਿਆ ਜਾਂਦਾ ਹੈ। ਉਹਨਾਂ ਵਿੱਚੋਂ ਕੁਛ ਸੰਕੇਤ ਜਿਹੜੇ ਦੱਸੇ ਜਾਂਦੇ, ਜਿੱਦਾਂ ਜਦੋਂ ਵੀ ਤੁਸੀਂ ਰੱਬ ਵਾਲੇ ਪਾਸੇ ਨੂੰ ਤੁਰਨ ਲੱਗਦੇ ਆ ਜਾਂ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਵਾਲੇ ਪਾਸੇ ਬੰਦਗੀ ਕਰਨ ਲੱਗਦਾ ਹੈ ਇਨਸਾਨ, ਤਾਂ ਉਹ ਕਹਿੰਦੇ ਕਿ ਉਹ ਪਹਿਲਾਂ ਪਰਿਵਾਰ ਵਾਲੇ ਹੀ ਕਹਿਣ ਲੱਗ ਪੈਂਦੇ ਕਿ ਭਾਈ ਇਹ ਕਿਹੜੇ ਰਾਹ ਤੁਰਿਆ ਹੈ ਤੂੰ, ਜ਼ਰਾ ਗੌਰ ਕਰੋ। ਜਦੋਂ ਜ਼ਿਆਦਾ ਵਾਧੀ ਹੈ, ਆਪਾਂ ਕਬੀਰ ਜੀ ਦੀ ਗੱਲ ਸੁਣੀ ਸੀ ਕਿ ਉਹਨਾਂ ਕੋਲ ਇੱਕ ਬੰਦਾ ਆ ਗਿਆ ਵੀ ਭਗਤੀ ਮੈਨੂੰ ਦਿਓ, ਤਾਂ ਉਹਨਾਂ ਨੇ ਕਿਹਾ ਵੀ ਉਹ ਲੈ ਕੇ ਤੂੜੀ ਦੇ ਵਿੱਚ ਘਿਓ ਮਿਲਾ ਕੇ ਕੰਧਾਂ 'ਤੇ ਮਾਰੀ ਜਾ, ਕਿਉਂਕਿ ਇਹੀ ਭਗਤੀ। ਉਹ ਜਦੋਂ ਘਰ ਗਿਆ ਇੱਦਾਂ ਕਰਨ ਲੱਗਿਆ, ਘਰ ਦੇ ਕਹਿੰਦੇ ਵੀ ਇਹ ਤਾਂ ਪਾਗਲ ਹੈ, ਵੀ ਇਹ ਤਾਂ ਪਾਗਲ। ਉਹ ਕਹਿੰਦੇ ਜਦੋਂ ਦੁਨੀਆ ਪਾਗਲ ਕਹਿਣ ਲੱਗੇ ਨਾ ਤਾਂ ਸਮਝਣਾ ਭਗਤੀ ਤੇਰੇ ਕੋਲ ਆ ਗਈ। ਹੁਣ ਉਸੇ ਭਗਤੀ ਤੱਕ ਪਹੁੰਚਣ ਲੱਗਿਆ ਪ੍ਰੀਖਿਆ ਜਿਹੜੀ ਕਹਿੰਦੇ ਹੈ। ਉਹ ਕਹਿੰਦੇ ਕਿ ਪਹਿਲਾਂ ਤੁਹਾਡੇ ਘਰੋਂ ਹੀ ਸ਼ੁਰੂ ਹੋਣਾ ਹੈ, ਆਪਣਿਆਂ ਨੇ ਹੀ ਰੋਕਣ ਲੱਗ ਪੈਣਾ ਹੈ ਕਿ ਤੂੰ ਇੰਨੀ ਇੰਨੀ ਦੇਰ ਪੂਜਾ ਕਰ ਰਿਹਾ ਹੈ, ਪਾਠ ਕਰ ਰਿਹਾ, ਇਹਦਾ ਕੀ ਫਾਇਦਾ ਹੈ, ਜ਼ਰਾ ਗੌਰ ਕਰੋ। ਉਹ ਕਹਿੰਦੇ ਵੀ ਉਹ ਰੱਬ ਹੀ ਆਪ ਹੀ ਕਹਿੰਦਾ ਹੈ, ਕਹਿੰਦਾ ਨਾ ਕਰੇ ਕਰਾਵੇ ਆਪੋ ਆਪ। ਉਹ ਆਪ ਹੀ ਕਹਿੰਦਾ ਵੀ ਇਹ ਜਿਹੜਾ ਸਾਡਾ ਭਗਤ ਹੁਣ ਸਾਡੇ ਵੱਲ ਨੂੰ ਤੁਰਿਆ ਹੈ ਜਾਂ ਜਿਹੜਾ ਮੁਰੀਦ ਹੈ, ਇਹ ਕਿੰਨਾ ਕੁ ਪੱਕਾ ਹੈ, ਕਿਤੇ ਇਹਨੂੰ ਗੁੱਸਾ ਤਾਂ ਨਹੀਂ ਆਉਂਦਾ ਉਹਨਾਂ ਗੱਲਾਂ ਦਾ, ਵੀ ਜੇ ਇਹਨੂੰ ਕੋਈ ਮਾੜੇ ਸ਼ਬਦ ਕਹਿੰਦਾ ਹੈ ਤਾਂ ਇਹਨੂੰ ਗੁੱਸਾ ਤਾਂ ਨਹੀਂ ਆਉਂਦਾ। ਜੇ ਤਾਂ ਉਸ ਵਕਤ ਤੁਸੀਂ ਉਸ ਗੁੱਸੇ ਨੂੰ ਪੀ ਗਏ ਤਾਂ ਸਮਝਣਾ ਪਹਿਲੀ ਪ੍ਰੀਖਿਆ 'ਚ ਪਾਸ ਹੈ, ਪਰ ਜੇ ਤੁਸੀਂ ਅੱਗੋਂ ਅਪ ਸ਼ਬਦ ਬੋਲ ਦਿੱਤੇ ਕਿਸੇ ਨੂੰ ਤਾਂ ਕਹਿੰਦੇ ਪਹਿਲੀ ਪ੍ਰੀਖਿਆ 'ਚੋਂ ਹੀ ਫੇਲ ਹੋ ਗਏ। ਬਾਬਾ ਜੀ ਜ਼ਰਾ ਗੌਰ ਕਰੋ, ਕਹਿਣ ਦਾ ਭਾਵ ਕਿ ਕਹਿਣਾ ਹੀ ਹੈ, ਬੜੇ ਲੋਕਾਂ ਨੇ ਕਹਿਣਾ ਹੈ ਕਿ ਆਹ ਕਿਹੜੇ ਰਾਹ ਪਿਆ, ਕਿਉਂਕਿ ਰੱਬ ਵਾਲੇ ਪਾਸੇ ਘੱਟ ਹੈ, ਅੱਜ ਕੱਲ੍ਹ ਯੱਬ ਵਾਲੇ ਪਾਸੇ ਜ਼ਿਆਦਾ ਹੈ, ਤਾਂ ਕਹਿੰਦੇ ਹੀ ਹੈ ਵੀ ਭਾਈ ਇਹ ਬੰਦਗੀ। ਪਰ ਉਹ ਵੀ ਗੱਲ ਦੱਸੀ ਹੈ ਕਿ ਜੇ ਬੰਦਗੀ ਕਰਕੇ ਕਿਸੇ ਨੂੰ ਮਾੜੇ ਬੋਲ ਹੀ ਬੋਲਣੇ ਹੈ, ਅਪ ਸ਼ਬਦ ਹੀ ਬੋਲਣੇ, ਤਾਂ ਉਹ ਬੰਦਗੀ ਕਿਸੇ ਕੰਮ ਦੀ ਨਹੀਂ ਬਾਬਾ ਜੀ ਫਿਰ। ਇਸ ਲਈ ਜੇ ਕੋਈ ਬੋਲੇ ਉਹਨੂੰ ਸੁਣ ਲੈਣਾ ਹੈ, ਪਰ ਉਹ ਗੁੱਸਾ ਜਿਹੜਾ ਹੈ ਅੰਦਰੋਂ ਅੰਦਰ ਪੀਣਾ ਹੈ, ਉਹਨੂੰ ਦੁਬਾਰਾ ਜਵਾਬ ਨਹੀਂ ਦੇਣਾ ਉਸ ਵਕਤ। ਔਰ ਇਹ ਹਰ ਵਕਤ ਨਹੀਂ ਰਹਿੰਦਾ, ਜਦੋਂ ਤੁਹਾਡੀ ਪ੍ਰੀਖਿਆ ਪੂਰਨ ਹੋ ਜਾਂਦੀ ਹੈ ਤਾਂ ਫਿਰ ਤੁਹਾਨੂੰ ਕਹਿਣਾ ਬੰਦ ਕਰ ਦਿੰਦੇ ਹੈ। ਇਹ ਵੀ ਰਜ਼ਾ ਹੁੰਦੀ ਹੈ ਗੁਰੂ ਪੀਰ ਰਹਿਬਰ ਦੀ, ਉਹ ਆਪਣੇ ਆਪ ਹੀ ਫਿਰ ਬੰਦ ਹੋ ਜਾਂਦੇ ਹੈ ਕਹਿਣਾ ਵੀ ਉਹ ਰੱਬ ਦੇ ਨਾਮ 'ਤੇ। ਜਦੋਂ ਉੱਧਰ ਨੂੰ ਤੁਰਨ ਲੱਗ ਪੈਂਦਾ ਬੰਦਾ, ਫਿਰ ਪਹਿਲੀ ਪ੍ਰੀਖਿਆ ਆ ਗਈ ਵੀ ਪਹਿਲਾਂ ਉਹਨਾਂ ਨੇ ਹੀ ਰੋਕਣਾ, ਵੀ ਮਾਂ ਨੇ ਵੀ ਰੋਕਿਆ, ਬਾਪੂ ਨੇ ਵੀ ਰੋਕਿਆ, ਨਾ ਆ ਜਾਈ ਸੱਜਣਾ ਦੇ ਸ਼ਹਿਰ। ਇਹ ਗੀਤ ਐਵੇਂ ਨਹੀਂ ਉਹਨਾਂ ਨੇ ਲਿਖੇ, ਵਾਕਈ ਕਹਿੰਦੇ ਨਾ ਵੀ ਮੁਰਸ਼ਦ ਨਾਲ ਜੁੜ ਕੇ ਬੰਦੇ ਦੀ ਸੋਚ ਹੋ ਗਈ। ਉਹ ਯਾਰ ਇਸੇ ਲਈ ਮਾਂ ਨੇ ਵੀ ਰੋਕਿਆ, ਬਾਪੂ ਨੇ ਵੀ ਰੋਕਿਆ, ਨਾ ਜਾਈ ਮਿੱਤਰਾਂ ਦੇ ਸ਼ਹਿਰ, ਪਰ ਸਾਡੀ ਭੁੱਖ ਸਗੋਂ ਦੂਣੀ ਚੂਣੀ ਹੋਈ ਜਾਵੇ, ਹੋਲ ਪੈਂਦੇ ਰਹਿਣ ਚੱਤੋਂ ਪੈਰ। ਇਹ ਉਹੀ ਗੱਲ ਵੀ ਬੰਦਗੀ ਵੱਲ ਨੂੰ ਜਦੋਂ ਤੁਰਦਾ ਸਾਰੇ ਰੋਕਦੇ ਆ, ਪਰ ਫਿਰ ਯਾਰ ਦੇ ਦੀਦਾਰ ਨੂੰ ਬੰਦਾ ਤੁਰਿਆ ਰਹਿੰਦਾ ਵੀ ਨਹੀਂ, ਸਾਡੀ ਭੁੱਖ ਦੂਣੀ ਚੂਣੀ ਹੈ, ਇਹ ਪਾਠ ਬੰਦਗੀ ਨਾਲ ਹੁਣ ਜੁੜ ਗਿਆ ਹੈ, ਫਿਰ ਹੌਲੀ ਹੌਲੀ ਆਪੇ ਕਹਿਣੋਂ ਵੀ ਹਟ ਜਾਂਦੇ ਹੈ। ਇਹ ਵੀ ਹੈ ਦੂਜੀ ਜਿਹੜੀ ਗੱਲ, ਅਕਸਰ ਇਨਸਾਨ ਜਦੋਂ ਬੰਦਗੀ ਵਾਲੇ ਪਾਸੇ ਚੱਲਦਾ ਹੈ ਤਾਂ ਜਦੋਂ ਦੂਜਾ ਕਹਿੰਦੇ ਹੈ ਕਿ ਉਹ ਇਹ ਗੱਲ ਆਉਂਦੀ ਹੈ ਵਿਚਾਰਾਂ,
ਵਿਚਾਰ ਆਉਣ ਲੱਗ ਪੈਂਦੇ ਯਾਰ ਸਾਡਾ ਇਹ ਕੰਮ ਪਿਆ ਹੈ, ਯਾਰ ਸਾਡਾ ਉਹ ਕੰਮ ਪਿਆ ਹੈ, ਮੈਂ ਆਹ ਕਰਨਾ ਭੁੱਲ ਗਿਆ, ਮੈਂ ਉਹ ਕਰਨਾ ਭੁੱਲ ਗਿਆ। ਵੀ ਜਿਹੜਾ ਕੰਮ ਕਰਨ ਰਿਹਾ ਹੈ ਪਹਿਲਾਂ ਉੱਧਰ ਤਾਂ ਧਿਆਨ ਲਾ ਲੈ, ਜ਼ਰਾ ਗੌਰ ਕਰੋ ਕਿ ਜਦੋਂ ਬੰਦਗੀ 'ਤੇ ਬੈਠੇ ਹਾਂ ਤਾਂ ਬੰਦਗੀ ਉਹ ਉਸੇ 'ਤੇ ਹੀ ਛੱਡ ਦੇਣਾ ਚਾਹੀਦਾ ਹੈ ਸਾਰਾ ਕੁਛ। ਜਿਸ ਨੂੰ ਯਾਦ ਕਰੀਏ ਉਹਨੂੰ ਸਾਰਾ ਕੁਛ ਪਤਾ ਹੈ, ਉਸ ਉਹਨਾਂ ਨੂੰ ਸਭ ਕੁਛ ਜਾਣਦੇ ਹੈ। ਜਿਸ ਦੀ ਵੀ ਤੁਸੀਂ ਪਾਠ ਕਰ ਰਹੇ ਹਾਂ, ਪੂਜਾ ਕਰ ਰਹੇ ਹਾਂ, ਬੰਦਗੀ ਕਰੋ, ਸਾਰਾ ਕੁਛ ਜਾਣਦੇ ਹੈ ਬਾਬਾ ਜੀ। ਫਿਰ ਉੱਥੇ ਇਹ ਨਹੀਂ ਉੱਥੇ ਪਾਠ ਕਰਨ ਲੱਗਿਆ ਪੂਜਾ ਕਰਨ, ਜੇ ਕਰਨੇ ਆ ਤਾਂ ਫਿਰ ਉਹ ਸਿਰਫ ਉਹੀ ਕਰੋ ਬਾਬਾ ਜੀ। ਜ਼ਰਾ ਗੌਰ ਕਰੋ ਕਿ ਜਿਹੜੀ ਵੀ ਚੀਜ਼ ਤੁਸੀਂ ਕਰ ਰਹੇ ਹਾਂ ਪੂਰੀ ਲਗਨ ਨਾਲ ਕਰੋ। ਫਿਰ ਇਹ ਵਿਚਾਰ ਵੀ ਆਉਂਦੇ ਕਿ ਸਾਡਾ ਇਹ ਕੰਮ ਰਹਿ ਗਿਆ ਸੀ ਯਾਰ, ਫਟਾਫਟ ਪਾਠ ਨਿਬੇੜੀਏ ਜਾਂ ਪੂਜਾ ਫਟਾਫਟ ਕਰੀਏ ਕਰਕੇ ਅਤੇ ਫਟਾਫਟ ਆਪਣੇ ਕੰਮ 'ਤੇ ਚਲੀਏ। ਇਹੋ ਜਿਹੇ ਵਿਚਾਰ ਵੀ ਆਉਂਦੇ ਹੈ ਮਨ 'ਚ। ਸੋ ਕਹਿੰਦੇ ਜੇ ਇੱਦਾਂ ਦੇ ਕਦੇ ਵਿਚਾਰ ਆਉਣ ਨਾ ਤਾਂ ਇਹੋ ਜਿਹੇ ਵਿਚਾਰਾਂ ਨੂੰ ਇੱਕ ਪਾਸੇ ਕਰ ਦਿਓ, ਦਰਕਿਨਾਰੇ ਕਰਕੇ ਆਪਣੀ ਬੰਦਗੀ ਦੇ ਵਿੱਚ ਪੱਕੇ ਰਹੋ। ਪਾਠ ਕਰ ਰਹੇ ਹਾਂ ਤਾਂ ਪਾਠ ਦੇ ਵਿੱਚ ਪੱਕੇ ਰਹੋ, ਪੂਜਾ ਕਰ ਰਹੇ ਹਾਂ ਤਾਂ ਪੂਜਾ ਦੇ ਵਿੱਚ ਪੱਕੇ ਰਹੋ, ਜੋ ਵੀ ਪੜ੍ਹ ਰਹੇ ਹਾਂ ਜਾਂ ਕਰ ਰਹੇ ਹਾਂ ਜਾਂ ਧਿਆਨ ਕਰ ਰਹੇ ਹਾਂ ਤਾਂ ਫਿਰ ਉਹਦੇ ਵਿੱਚ ਪੱਕੇ ਰਹੋ। ਅਤੇ ਜੇ ਤੁਸੀਂ ਇਹਨਾਂ ਵਿਚਾਰਾਂ ਦੇ ਵਿੱਚ ਹੀ ਫਸੇ ਰਹੇ ਬਾਬਾ ਜੀ, ਜ਼ਰਾ ਗੌਰ ਕਰੋ ਤਾਂ ਫਿਰ ਉਹ ਨਿਰਵਿਚਾਰ ਤੱਕ ਕਿਵੇਂ ਪਹੁੰਚਿਆ ਜਾਏਗਾ। ਇਸ ਨੂੰ ਇੱਦਾਂ ਕਰਨਾ ਹੈ, ਵਿਚਾਰ ਹੈ, ਵਿਚਾਰ ਆਉਂਦੇ ਹੈ ਆਪੇ ਹਟ ਜਾਂਦੇ ਹੈ, ਵਿਚਾਰ ਹੈ, ਇਹਨੂੰ ਸਿਰਫ ਵਿਚਾਰਾਂ ਵਾਂਗੂ ਲਓ ਨਾ। ਵਿਚਾਰ ਕੋਈ ਬੁਰਾ ਹੈ ਨਾ ਕੋਈ ਚੰਗਾ ਹੈ, ਵਿਚਾਰ ਕੇਵਲ ਵਿਚਾਰ ਹੈ। ਸੋ ਇਹ ਵਿਚਾਰਾਂ ਦੇ ਵਿੱਚ ਨਹੀਂ ਫਸਣਾ, ਆਪਣੇ ਉੱਧਰ ਰਹਿਣਾ, ਨਹੀਂ ਫਿਰ ਉੱਥੇ ਹੀ ਰੁਕ ਜਾਣੀ ਹੈ ਕਹਾਣੀ, ਜਾਂ ਜਿੱਦਾਂ ਕਹਿ ਸਕਦੇ ਹਾਂ ਵੀ ਦੂਜਾ ਪੇਪਰ ਪਾਇਆ ਇੱਥੇ ਫੇਲ ਹੋ ਗਏ। ਹੁਣ ਤੀਸਰੀ ਗੱਲ ਜਿਹੜੀ ਵਿੱਚ ਆਉਂਦੀ ਉਹ ਹੈ ਨੀਂਦ ਬਾਬਾ ਜੀ, ਆਲਸ ਆ ਜਾਵੇਗਾ। ਜਿੱਦਾਂ ਬਹੁਤ ਸਾਰੇ ਪਿਆਰੇ ਸਵੇਰੇ ਉੱਠ ਕੇ ਰਾਤ ਦੇ ਚੌਥੇ ਪੈਰ ਜਿਹੜੇ ਕਹਿੰਦੇ ਨੇ, ਇੱਕ ਵਾਰੀ ਜਿਹੜਾ ਉਸ ਪੈਰ 'ਤੇ ਜਾਗਣਾ ਸ਼ੁਰੂ ਕਰ ਦੇਵੇ ਨਾ, ਜਿਹਦੀ ਅੱਖ ਉਦੋਂ ਖੁੱਲ੍ਹਣ ਲੱਗ ਪਏ ਫਿਰ ਉਹਨੂੰ ਕੋਈ ਦੁਨੀਆ 'ਚ ਸਵਾ ਨਹੀਂ ਸਕਦਾ। ਕਿਉਂਕਿ ਉਸ ਵਕਤ ਜਿਹੜੀ ਉਹ ਬੰਦਗੀ ਹੈ ਕਰਨੀ, ਅਸਲ ਵੇਲਾ ਤਾਂ ਕਹਿੰਦੇ ਨਾ ਅੰਮ੍ਰਿਤ ਵੇਲਾ ਨਾਮ 'ਤੇ ਆਈਏ, ਬ੍ਰਹਮ ਮਹੂਰਤ ਕਿਹਾ ਗਿਆ ਹੈ ਅੰਮ੍ਰਿਤ ਵੇਲਾ, ਉਹਦੀ ਖਾਸ ਮਹਿਮਾ ਹੈ, ਉਸ ਵੇਲੇ ਕੀਤੀ ਬੰਦਗੀ ਦੀ ਖਾਸ ਮਹਿਮਾ। ਹੁਣ ਕਈ ਸੱਜਣ ਉਸ ਵੇਲੇ ਉੱਠਦੇ ਆ, ਪਰ ਜਦੋਂ ਉਹ ਕਹਿੰਦੇ ਨਾ ਐਗਜ਼ਾਮ ਦਾ ਵਕਤ ਆ ਗਿਆ ਤਾਂ ਆਲਸ ਆਉਣ ਲੱਗਣਾ, ਵੀ ਯਾਰ ਥੋੜ੍ਹਾ ਹੋਰ ਰੁੱਕ ਜੀ, ਥੋੜ੍ਹਾ ਹੋਰ ਰੁੱਕ ਜੀ, ਉੱਠ ਜਾਵਾਂਗੇ। ਵੀ ਜਿੱਦਾਂ ਮੰਨ ਲਓ ਵੀ ਪਹਿਲੇ ਦੋ ਤਿੰਨ ਦਿਨ, ਹੁਣ ਜੇ ਕੋਈ ਸੰਕਲਪ ਲੈਂਦਾ ਹੈ, ਜਿਹਨੇ ਸੰਕਲਪ ਲਿਆ ਹੈ ਕਿ ਮੈਂ ਉੱਠਣਾ ਹੀ ਉੱਠਣਾ ਹੈ, ਉਹਦੇ ਲਈ ਫਿਰ ਉਹਨੂੰ ਆਲਸ ਆਵੇ ਚਾਹੇਗਾ, ਉਹਨੂੰ ਉੱਠਣਾ ਹੀ ਚਾਹੀਦਾ ਹੈ ਕਿਉਂਕਿ ਉਹਨੇ ਸੰਕਲਪ ਲਿਆ ਹੈ। ਇੱਕ ਉਹ ਫੱਕਰ ਲੋਕ ਨੇ ਜਦੋਂ ਪੂਰਨ ਉਸ ਰੰਗ ਦੇ ਵਿੱਚ ਪਹੁੰਚ ਕੇ ਫਿਰ ਜਦੋਂ ਜਾਗੇ ਉਦੋਂ ਹੀ ਬ੍ਰਹਮ ਹੈ ਬਾਬਾ ਜੀ। ਜਦੋਂ ਫਕੀਰਾਂ ਦੀ ਗੱਲ ਕੀਤੀ ਸੀ ਨਾ ਬਾਬਾ ਇੱਜ਼ਤ ਫਕੀਰ ਦੀ, ਜਿਨ੍ਹਾਂ ਨੇ ਨਹੀਂ ਸੁਣੀ ਉਹ ਅੱਗੇ ਸਟੋਰੀ 'ਚ ਦੇਖਿਓ, ਬ੍ਰਹਮ ਮਹੂਰਤ ਵਾਲੀ ਗੱਲ ਕਿ ਜਦੋਂ ਫਕੀਰ ਜਾਗੇ ਉਦੋਂ ਹੀ ਉਹਦੀ ਬ੍ਰਹਮ ਮਹੂਰਤ ਹੈ। ਤਾਂ ਉਹ ਕਿੱਦਾਂ ਉਹ ਉਸ ਅਵਸਥਾ ਤੱਕ ਪਹੁੰਚਣ ਵਾਸਤੇ ਪਹਿਲਾਂ ਉਹਨਾਂ ਨੇ ਤਪੱਸਿਆ ਕੀਤੀ ਹੈ, ਜ਼ਰਾ ਗੌਰ ਕਰੋ। ਹੁਣ ਉਹ ਜਿਹੜੇ ਬੰਦੇ ਨੇ ਸੰਕਲਪ ਲਈ ਵੀ ਮੈਂ ਉੱਠਾਂਗਾ, ਉਹ ਦੋ ਤਿੰਨ ਦਿਨ ਉੱਠਿਆ ਗਿਆ, ਚੌਥੇ ਦਿਨ ਉਹਨੂੰ ਆਲਸ ਨੇ ਪਕੜ ਲਿਆ ਵੀ ਚਲੋ ਫੇਰ ਕਰ ਲਵਾਂਗੇ ਫੇਰ ਕਰ, ਜੇ ਹੁਣ ਇਸ ਚੱਕਰ 'ਚ ਪੈ ਗਏ ਤਾਂ ਫਿਰ ਉਸ ਕਹਿੰਦੇ ਐਗਜ਼ਾਮ ਦੇ ਵਿੱਚੋਂ ਫੇਲ ਹੋ ਜਾਣਾ ਹੈ। ਕਹਿਣ ਦਾ ਭਾਵ ਵੀ ਆਲਸ ਆਵੇ, ਨੀਂਦ ਆਵੇ, ਆਪਣਾ ਜਿਹੜਾ ਨਿੱਤ ਕਰਮ ਹੁਣ ਤੁਸੀਂ ਸਟਾਰਟ ਕਰ ਲਿਆ ਹੈ, ਉਹਦਾ ਸੰਕਲਪ ਲਿਆ ਹੈ ਅਤੇ ਉਹ ਪੂਰਾ ਕਰਨ ਦਾ ਬਾਬਾ ਜੀ, ਰੱਬ ਅੱਗੇ ਅਰਦਾਸ ਕਰਨੀ ਕਿ ਮਾਲਕਾ ਮੈਂ ਉੱਠ ਕੇ ਤੇਰਾ ਨਾਮ ਲੈਣਾ ਹੈ, ਇਸ ਟਾਈਮ 'ਤੇ ਉੱਠਦਾ ਹਾਂ, ਇਸੇ ਟਾਈਮ 'ਤੇ ਉਠਾਈ, ਕੋਈ ਅੜਚਣ ਉੜਚਣ ਆਪੇ ਦੂਰ ਕਰੀ ਭਾਈ, ਕਿਉਂਕਿ ਮੈਂ ਆ ਕੇ ਬਹਿ ਗਈ ਤੇਰੀ ਪੌੜੀ, ਹੁਣ ਆਪੇ ਪੌੜੀਆਂ ਚੜ੍ਹਾਈ। ਜੇ ਰਹਿ ਗਏ ਤਾਂ ਕਹਿੰਦੇ ਫਿਰ ਫੇਲ ਹੈ। ਅਗਲੀ ਗੱਲ ਜੋ ਹੈ, ਅਗਲੀ ਜੋ ਕਹਿੰਦੇ ਪ੍ਰੀਖਿਆ ਹੈ, ਹੁਣ ਜਦੋਂ ਬੰਦਾ ਇਨਸਾਨ ਬੰਦਗੀ ਕਰਦਾ ਹੈ ਨਾ ਤਾਂ ਉਹਦੇ ਕਹਿੰਦੇ ਊਰਜਾ ਇਕੱਠੀ ਹੁੰਦੀ ਹੈ, ਜ਼ਰਾ ਗੌਰ ਕਰੋ। ਊਰਜਾ ਜਿਹੜੀ ਹੈ ਤਾਂ ਹੀ ਜਿੱਦਾਂ ਕਹਿੰਦੇ ਨਾ ਕਿ ਉਹ ਫੱਕਰ ਲੋਕ ਯਾਰ ਸਰਦੀਆਂ 'ਚ ਵੀ ਇੱਦਾਂ ਹੀ ਬੈਠੇ ਹੈ, ਉਹਨਾਂ ਨੂੰ ਪਸੀਨਾ ਆ ਰਿਹਾ ਹੈ, ਜਾਂ ਕਈ ਵਾਰੀ ਉਹ ਐਸੇ ਰੰਗ ਦੇ ਵਿੱਚ ਹੈ, ਉਹ ਊਰਜਾ ਇਕੱਠੀ ਹੁੰਦੀ ਹੈ। ਉਹ ਉਸ ਅਵਸਥਾ ਤੱਕ ਪਹੁੰਚਣ ਤੋਂ ਪਹਿਲਾਂ ਅਵਸਥਾ ਇਹ ਆਉਂਦੀ ਹੈ ਕਿ ਜਦੋਂ ਕੋਈ ਬੰਦਗੀ ਦੇ ਵਿੱਚ ਜਦੋਂ ਕੋਈ ਨਵਾਂ ਨਵਾਂ
ਬੈਠਦਾ ਹੈ ਤਾਂ ਕਹਿੰਦੇ ਕਦੇ ਉਹਦੇ ਪੈਰਾਂ ਦੇ ਵਿੱਚ, ਕਦੇ ਉਹਦੇ ਕਮਰ ਦੇ ਵਿੱਚ, ਜਾਂ ਕਿਸੇ ਵੀ ਹੋਰ ਅਸਥਾਨ 'ਤੇ ਉਹਨੂੰ ਜਿਹੜਾ ਹੈ ਉਹ ਕਹਿੰਦੇ ਹੈ ਵੀ ਉਹਨੂੰ ਜਾਂ ਤਾਂ ਤਪਿਸ਼ ਮਹਿਸੂਸ ਹੋਣ ਲੱਗਦੀ ਹੈ, ਜਾਂ ਜਿੱਦਾਂ ਕਈ ਕਹਿੰਦੇ ਆ ਕਿ ਸਾਡੇ ਦਰਦ ਹੋਣ ਲੱਗ ਪੈਂਦੀ ਹੈ ਜੀ। ਔਰ ਇਹ ਉਦੋਂ ਤੱਕ ਹੀ ਹੁੰਦੀ ਹੈ ਜਦੋਂ ਤੁਸੀਂ ਬੰਦਗੀ 'ਚ ਬੈਠਦੇ ਹਾਂ, ਔਰ ਜਦੋਂ ਛੱਡ ਦਿੰਦੇ ਹਾਂ ਉਦੋਂ ਠੀਕ ਹੋ ਜਾਂਦੀ। ਬਸ ਇਹੀ ਗੱਲ ਦਾ ਕਹਿੰਦੇ ਉਦੋਂ ਧਿਆਨ ਰੱਖਣਾ ਕਿ ਜਦੋਂ ਤਪਿਸ਼ ਹੋਵੇ ਜਾਂ ਕੋਈ ਐਸੀ ਅਵਸਥਾ ਆਵੇ ਤਾਂ ਉਸ ਵਕਤ ਵੀ ਜੇ ਤੁਸੀਂ ਆਪਣੀ ਪੂਜਾ ਬੰਦਗੀ ਪਾਠ ਜੋ ਵੀ ਕਰ ਰਹੇ ਜੇ ਛੱਡ ਦਿੱਤਾ, ਕਹਿਣ ਦਾ ਭਾਵ ਵੀ ਆਲਸ ਹੋ ਗਿਆ ਜਾਂ ਕਿਸੇ ਚੀਜ਼ ਦੇ ਵਿੱਚ ਦਰਦ ਹੋਣ ਲੱਗ ਪਏ ਬੋਡੀ ਤੋਂ, ਉਦੋਂ ਛੱਡ ਦਿੱਤਾ ਤਾਂ ਫਿਰ ਕਹਿੰਦੇ ਵੀ ਉਹ ਪ੍ਰੀਖਿਆ ਤਾਂ ਰਹਿ ਗਈ ਬਾਬਾ ਜੀ, ਉੱਥੇ ਫੇਲ ਹੋ ਗਏ। ਸੋ ਵੱਖੋ ਵੱਖ ਅਵਸਥਾ ਦੇ ਵਿੱਚ ਵੱਖੋ ਵੱਖ ਪ੍ਰੀਖਿਆਵਾਂ ਹੁੰਦੀਆਂ ਜਿੱਦਾਂ ਦੱਸਿਆ ਜਾਂਦਾ ਹੈ। ਜਾਂ ਜਿੱਦਾਂ ਮੰਨ ਲਓ ਕਿ ਹੁਣ ਇਹ ਪ੍ਰੀਖਿਆ ਹੋਣੀ ਵੀ ਬਾਬਾ ਜੀ ਲਾਜ਼ਮੀ ਹੈ, ਕਿਉਂਕਿ ਜੇ ਮੰਨ ਲਓ ਕਿ ਤੁਹਾਡੇ ਘਰ ਦੇ ਵਿੱਚੋਂ ਹੁਣ ਇੱਕ ਵਿਅਕਤੀ ਦੇ ਦੋ ਬੱਚੇ ਹੈ ਤਾਂ ਉਹ ਆਪਣੇ ਜਿਹੜਾ ਉਹ ਕੰਮ ਕਾਜ ਚੱਲ ਰਿਹਾ ਉਹ ਦੇਖੇਗਾ ਨਾ ਕਿ ਇਹਨੂੰ ਇਹ ਵਾਲੀ ਦੀ ਸਮਝ ਹੈ, ਇਹਨੂੰ ਇੱਧਰ ਬਿਠਾ ਦਿਓ, ਉਹਨੂੰ ਉੱਧਰ, ਇਹ ਚੀਜ਼ਾਂ ਹੁੰਦੀਆਂ। ਤਾਂ ਇਹ ਵੀ ਤਾਂ ਇੱਕ ਰੰਗ ਹੈ ਕਿ ਆਖਰ ਉਹ ਆਸ਼ੀਰਵਾਦ ਕਿਸ ਨੂੰ ਮਿਲਣਾ ਚਾਹੀਦਾ ਕਿ ਜਿਹੜਾ ਉਸ ਤਾਕਤ ਦਾ ਜਾਂ ਉਸ ਰਹਿਮਤ ਦਾ ਦੁਰਵਰਤੋਂ ਨਾ ਕਰੇ। ਸੋ ਇਹ ਪ੍ਰੀਖਿਆਵਾਂ ਹੁੰਦੀਆਂ ਹੈ। ਕਹਿੰਦੇ ਆ ਕਿ ਫਿਰ ਉਹ ਜਦੋਂ ਪੇਨ ਹੁੰਦੀ ਹੈ ਜੇ ਕੋਈ ਉੱਠ ਜਾਵੇ ਤਾਂ ਉਹ ਕਹਿੰਦੇ ਫਿਰ ਫੇਲ ਹੋ ਜਾਂਦਾ ਹੈ, ਅਤੇ ਜੇ ਉਹ ਉਸ ਵਕਤ ਬੈਠ ਕੇ ਬੰਦਗੀ ਕਰੇ, ਜੇ ਲੇਟੇ ਹੋਏ ਵੀ ਬੰਦਗੀ ਹੁੰਦੀ ਤਾਂ ਵੀ ਕਰੇ। ਬੰਦਗੀ ਤਾਂ ਕਿੱਦਾਂ ਵੀ ਹੋ ਸਕਦੀ ਬਾਬਾ ਜੀ, ਲੇਟ ਕੇ ਵੀ ਹੋ ਸਕਦੀ ਹੈ, ਖੜ੍ਹੇ ਹੋ ਕੇ ਵੀ, ਉੱਠਦੇ ਬਹਿੰਦੇ ਸਭ, ਹਰ ਜਗ੍ਹਾ ਰੱਬ ਦਾ ਨਾਮ ਲਿਆ ਜਾ ਸਕਦਾ। ਤਾਂ ਜਿਹੜਾ ਕਰ ਲੈਂਦਾ ਹੈ ਕਹਿੰਦੇ ਉਹ ਬਾਸ ਹੈ, ਜਿਹੜਾ ਇਹ ਇਹਨਾਂ ਕਰਕੇ ਛੱਡ ਜਾਵੇ ਇਸ ਚੀਜ਼ ਕਰਕੇ ਤਾਂ ਫੇਲ ਹੈ। ਅਗਲੀ ਗੱਲ ਜੋ ਫਰਮਾਈ ਗਈ ਹੈ ਕਿ ਜਿਹਨੇ ਜਿਸ ਵੀ ਚੀਜ਼ ਦਾ ਨਿਸ਼ਚਾ ਕੀਤਾ ਹੈ ਨਾ ਕਿ ਮੈਂ ਆਹ ਬੰਦਗੀ ਕਰਨੀ ਹੈ, ਇਹ ਮੈਂ ਸੰਪੂਰਨ ਕਰਨੀ ਹੈ, ਉਹਦੇ ਵਿੱਚ ਚਾਹੇ ਕੋਈ ਵੀ ਅੜਚਣ ਆਈ ਜਾਵੇ ਜਾਂ ਮੈਂ ਭੁੱਲ ਜਾਵਾਂ ਜਾਂ ਕੁਛ ਵੀ ਹੈ, ਤਾਂ ਉਹ ਸੰਪੂਰਨ ਕਰਕੇ ਹੀ ਉੱਠਣਾ ਹੈ, ਉਹ ਵਿੱਚੇ ਨਹੀਂ ਛੱਡਣਾ ਬਾਬਾ ਜੀ। ਕਿਉਂਕਿ ਉਸ ਵਕਤ ਕਈ ਵਾਰੀ ਐਸੇ ਵੀ ਖਿਆਲ ਆ ਸਕਦੇ ਕਿ ਯਾਰ ਇੰਨੀ ਦੇਰ ਹੋ ਗਈ ਹੈ, ਕੁਛ ਮਿਲਿਆ ਨਹੀਂ ਜਾਂ ਕੰਮ ਬਣਿਆ ਨਹੀਂ, ਇਹੋ ਜਿਹੇ ਵਿਚਾਰ ਵੀ ਆਉਣੇ। ਕਈ ਵਾਰੀ ਬੰਦਾ ਜਾਂਦਾ ਜਾਂਦਾ ਇਹੋ ਜਿਹੇ ਵਿਚਾਰਾਂ ਵਿੱਚ ਪੈ ਕੇ ਛੱਡ ਦਿੰਦਾ ਹੈ ਜਾਂ ਬੰਦਗੀ ਕਰਨੀ ਛੱਡ ਦਿੰਦਾ, ਪੂਜਾ ਪਾਠ ਸਾਰਾ ਕੁਛ ਛੱਡ ਦਿੰਦਾ, ਤਾਂ ਕਹਿੰਦੇ ਉਦੋਂ ਵੀ ਪ੍ਰੀਖਿਆ ਦੇ ਵਿੱਚੋਂ ਫਿਰ ਫੇਲ ਹੋ ਜਾਂਦੇ ਹਾਂ ਆਪਾਂ। ਕਿਉਂਕਿ ਜੇਕਰ ਜ਼ਿੰਦਗੀ ਦੇ ਵਿੱਚ ਕਸ਼ਟ ਆ ਰਹੇ, ਦੁੱਖ ਆ ਰਹੇ, ਤਾਂ ਇਹ ਦੇਖ ਕੇ ਹਟਣਾ ਛੱਡਣਾ ਨਹੀਂ ਚਾਹੀਦਾ ਆਪਣੀ ਇਬਾਦਤ ਕਰਨੀ ਜਾਂ ਜਿਹੜੀ ਤੁਸੀਂ ਬੰਦਗੀ ਕਰਦੇ ਪਾਠ ਕਰ। ਇੱਥੇ ਇਹ ਸੋਚਣਾ ਚਾਹੀਦਾ ਹੈ ਕਿ ਜੇ ਕਸ਼ਟ ਆਏ ਹੈ ਤਾਂ ਇਹ ਮਿਟਾਉਣ ਵਾਲਾ ਵੀ ਮੇਰਾ ਮਾਲਕ ਬੈਠਾ, ਆਪਣੀ ਬੰਦਗੀ ਜਾਰੀ ਰੱਖਣੀ ਚਾਹੀਦੀ ਹੈ ਇਨਸਾਨ ਨੂੰ ਬਾਬਾ ਜੀ। ਅਗਲੀ ਗੱਲ ਜੋ ਹੁੰਦੀ ਹੈ ਜਦੋਂ ਬੰਦਗੀ ਉਸ ਅਵਸਥਾ ਵਿੱਚ ਆ ਜਾਂਦੀ ਹੈ ਕਿ ਹੁਣ ਥੋੜ੍ਹਾ ਜਿਹਾ ਉੱਪਰ ਹੋ ਗਏ, ਤਾਂ ਉਸ ਵਕਤ ਫਿਰ ਥੋੜ੍ਹੀਆਂ ਬਹੁਤੀਆਂ ਰਿੱਧੀਆਂ ਸਿੱਧੀਆਂ ਮਾਲਕ ਦੇ ਦਿੰਦਾ ਹੈ ਕਿ ਦੇਖੀਏ ਭਲਾ ਇਹ ਇਹਨਾਂ ਦਾ ਕੀ ਇਸਤੇਮਾਲ ਕਰਦਾ ਹੈ। ਉਹ ਕਿਤੇ ਆਪਣੀ ਤਾਂ ਨਹੀਂ ਵਡਿਆਈ ਕਰੀ ਜਾਂਦਾ, ਆਪ ਹੀ ਤਾਂ ਨਹੀਂ ਅਹਿਮ 'ਚ ਆ ਜਾਂਦਾ, ਅਹੰਕਾਰ 'ਚ ਆ ਜਾਂਦਾ। ਗੌਰ ਕਰੋ, ਮੰਨ ਲਓ ਹੁਣ ਕਿਸੇ ਨੂੰ ਕੁਛ ਮਿਲਿਆ ਹੈ, ਹੁਣ ਬੰਦਾ ਕਹੇ ਲੈ ਇਹ ਤਾਂ ਮੇਰਾ ਹੈ, ਇਹ ਤਾਂ ਮੇਰਾ ਹੈ, ਬਲਕਿ ਮੇਰੀ ਮੇਰੀ ਕਰਦੀ ਨਹੀਂ, ਕਿਤੇ ਯਾਰ 'ਚੋਂ ਰਹਿ ਜੀ ਨਾ ਮਾਂਝੀ ਗੱਲ ਉਹ ਆ ਜਾਂਦੀ ਹੈ। ਉਹ ਦੇ ਤਾਂ ਉਹਨਾਂ ਨੇ ਦੇਖਿਆ ਵੀ ਕਿੱਥੇ ਲਗਾ ਰਿਹਾ, ਸਹੀ ਲਗਾਊਗਾ ਕਿ ਗਲਤ ਲਗਾਊਗਾ, ਕਿ ਕਹਿੰਦਾ ਹੈ ਕਿ ਉਹ ਮਾਲਕ ਦਾ ਹੀ ਹੈ ਸਾਰਾ ਕੁਛ, ਕਿ ਇਹ ਕਹਿੰਦਾ ਹੈ ਕਿ ਮੇਰਾ ਹੈ ਸਾਰਾ ਕੁਛ। ਸੋ ਇਹ ਦੇਖਣ ਵਾਸਤੇ ਵੀ ਉਹ ਮਾਲਕ ਲੋਕ ਉਹ ਕੁਛ ਦਿੰਦੇ ਹੈ। ਸੋ ਜਿਹੜਾ ਤਾਂ ਕਹਿੰਦਾ ਕਿ ਮਾਲਕ ਦੇ ਦਾਸ ਹਾਂ ਭਾਈ, ਰੱਬ ਦੇ ਗੋਲੇ ਹਾਂ, ਇਹ ਆਪਣੇ ਗੁਰੂ ਪੀਰ ਰਹਿਬਰ ਦੇ ਗੋਲੇ ਹਾਂ, ਉਹਦਾ ਹੀ ਦਿੱਤਾ ਸਾਰਾ ਕੁਛ ਹੈ, ਉਹੀ ਕਰ ਰਿਹਾ ਹੈ, ਫਿਰ ਤਾਂ ਚੱਲੀ ਜਾਂਦੀ ਹੈ ਕਹਾਣੀ, ਫਿਰ ਤਾਂ ਹੋ ਗਏ ਪਾਸ। ਨਹੀਂ ਫਿਰ ਜੇ ਉਸੇ ਰਿੱਧੀਆਂ ਸਿੱਧੀਆਂ ਦੇ ਚੱਕਰ 'ਚ ਫਸ ਗਏ ਨਾ ਬਾਬਾ ਜੀ, ਤਾਂ ਉੱਥੇ ਹੋ ਗਏ ਫੇਲ। ਜਿੱਦਾਂ ਉਹ ਗੱਲ ਸੀਗੀ ਨਾ ਕਿ ਲੰਗਰ ਲੱਗਿਆ ਸੀ, ਬਾਬਾ ਜੀ ਅੱਖ ਥੱਲੇ ਕਰਕੇ ਵੰਡੀ ਗਏ, ਤਾਂ ਉਹ ਉੱਤੋਂ ਕਹਿੰਦੇ ਜਾ ਇਜ਼ਰਾਇਲ ਦੇਖ ਕੇ ਆ, ਕਿਤੇ ਇਹਦੇ 'ਚ ਹੰਕਾਰ ਤਾਂ ਨਹੀਂ ਆਉਣ ਲੱਗ ਪਿਆ ਵੀ ਮੇਰੇ ਲੰਗਰ ਚੱਲਣ ਲੱਗ ਪਏ, ਅਤੇ ਉਹ ਲੰਗਰ ਵਰਤਾਉਂਦੇ ਸੀ ਅੱਖ ਨੀਵਾਂ ਕਰਕੇ, ਤਾਂ ਇਜ਼ਰਾਇਲ ਬੰਦੇ ਦੇ ਰੂਪ 'ਚ ਕਹਿੰਦਾ ਬਾਬਾ ਕੀ ਗੱਲ,
ਅੱਖ ਨੀਵੀਂ ਰੱਖੀ ਹੋਈ ਹੈ, ਕੋਈ ਚੰਗਾ ਹੀ ਕਰਮ ਕਰ ਰਿਹਾ, ਕੋਈ ਮਾੜਾ ਕਰਮ ਤਾਂ ਨਹੀਂ ਕਰ ਰਿਹਾ, ਰੋਟੀ ਖਵਾ ਰਿਹਾ ਹੈ। ਤਾਂ ਅੱਗੋਂ ਬਾਬੇ ਕਹਿੰਦੇ, ਉਹ ਕਹਿੰਦੇ ਮੈਂ ਨਹੀਂ ਕਰ ਰਿਹਾ, ਉਹ ਮੇਰੇ ਤੇ ਭਰਾਵਾ ਬਸ ਇਹ ਹਾਥੀ ਨੇ, ਪਿੱਛੋਂ ਕਰਨ ਕਰਾਉਣ ਵਾਲਾ ਕੋਈ ਹੋਰ ਹੈ, ਮੇਰੇ ਇਸ ਲਈ ਨੀਵੇਂ ਹੈ ਨੈਣ। ਐਂ ਦਾ ਭਾਵ ਕਿ ਸਾਰਾ ਕੁਛ ਉਹਦੇ 'ਤੇ ਛੱਡ ਦਿੱਤਾ, ਕਰਮ ਕਰਕੇ ਕੁਛ ਲੈ ਕੇ ਇਹ ਕਹਿਣਾ ਵੀ ਮਾਲਕ ਦਾ ਹੀ ਦਿੱਤਾ ਸਾਰਾ ਕੁਛ, ਉਸੇ ਦੀ ਹੀ ਕਰਨੀ ਹੈ, ਉਸੇ ਦੀ ਹੀ ਰਹਿਮਤ ਹੈ। ਸੋ ਜਿਹੜਾ ਇਹ ਕਹਿੰਦਾ ਰਹਿੰਦਾ ਹੈ ਉਹ ਫਿਰ ਅਗਲੇ ਮੁਕਾਮਾਂ 'ਤੇ ਪਹੁੰਚ ਜਾਂਦਾ ਹੈ ਬਾਬਾ ਜੀ, ਉਹਦੇ ਉੱਤੇ ਫਿਰ ਰਹਿਮਤਾਂ ਵਰਸਦੀਆਂ ਰਹਿੰਦੀਆਂ ਹੈ। ਪਰ ਜਿਹੜਾ ਇਹਨਾਂ ਚੱਕਰਾਂ ਦੇ ਵਿੱਚ ਡੋਲ ਜਾਂਦਾ ਹੈ ਉਹ ਫਿਰ ਬਾਬਾ ਜੀ ਫੇਲ ਹੋ ਜਾਂਦਾ ਹੈ। ਸੋ ਹੁਣ ਆਪਣੇ ਆਪ ਨੂੰ ਹੀ ਪੁੱਛਣਾ ਕਿ ਤੈਨੂੰ ਕੀ ਆਖਾਂ, ਤੈਨੂੰ ਫੇਲ ਕਹਾਂ ਕਿ ਤੈਨੂੰ ਪਾਸ ਆਖਾਂ। ਸੋ ਇਹ ਪ੍ਰੀਖਿਆ ਬਾਬਾ ਜੀ, ਜਿਹਦੀ ਵੀ ਕਲਾਸ 'ਚ ਬੈਠਾਂਗੇ, ਜਿਹਦੀ ਵੀ ਕਲਾਸ 'ਚ ਜਾ ਕੇ ਦਾਖਲਾ ਲਵਾਂਗੇ, ਤਾਂ ਉਹ ਇਹ ਰੰਗ ਤਾਂ ਕਰਦੇ ਹੀ ਕਰਦੇ ਆ। ਸੋ ਸਾਰਿਆਂ ਨੂੰ ਸਲਾਮ ਹੈ, ਖੁਸ਼ ਰਹੋ, ਆਬਾਦ ਰਹੋ, ਚੜ੍ਹਦੀ ਕਲਾ 'ਚ ਰਹੋ, ਆਪਣੀਆਂ ਦੁਆਵਾਂ 'ਚ ਯਾਦ ਰੱਖਣਾ। ਜੈ ਸਾਈਂ ਜੀ ਦੀ, ਜੈ ਬਾਬਾ ਮੁਰਾਦ ਸ਼ਬੜੀ ਜੀ, ਜੈ ਗੁਰੂਆਂ ਪੀਰਾਂ ਰਹਿਬਰਾਂ ਫਕੀਰਾਂ ਸਾਈਆਂ ਸੰਤਾਂ ਮਹਾਤਮਾਵਾਂ ਨੂੰ, ਸਭ ਨੂੰ ਸਲਾਮ।